हर धड़कते हुए पत्थर को लोग दिल समझ लेते हैं, हर धड़कते हुए पत्थर को लोग दिल समझ लेते हैं, एक उम्र बीत जाती है दिल को दिल बनाने में। जब इंसान बन जब बना रहे तो वही बहुत है, भगवान तो बहुत दूर की बात है। रोवे नी साई दीगा ज पै गई यार, यार दा बिरद जतार दा ए, जीनू याद करी ओ भी याद कर दे, सच्चा कोल पर बदी गार दा ए, अल्लाह नू जान के गैर वली, अल्लाह कुफर नाल ईमान नू बढ़िए ना, सदका लैके मेरे साइया दा मंदा बोल जबानू कढ़िए ना। ओ काफिर है जेड़ा लाके यारी पिछो आखे साड़ी बस है। सुनाओ ये ऐनक पाने का की राज है तुहाडा? देखो जी लोकां वास्ते ऐनक फैशन होएगा जा कुछ भी है, लेकिन असी लाई दी है मालक शायद ओदी रमजा ने ओही जाने, शायद इस चश्मे दे विच सानू हर एक बंदा उस रब की सूरत दे विच ही नजर आंदा है, हर एक बंदे दे अंदर रब नजर आंदा है, ते फिर सानू वो बंदा रब बन के नजर आंदा। बस ऐनक च रब दा बंदा नजर आंदा? नहीं जी देखो जी ये चश्मे दा कोई ये मतलब नहीं कि ये एक मालक दी मौज है, कि एक साईं जी कहंदे सन कि ये काला चश्मा इस जग तो इन्हां नैणां नूं लकाउने आ, इसे लई काला चश्मा लाउने आ, बाकी मौज है कि ये फकरां दी गहराई दे विच तकन दी, ते उत्थे ये चश्मा लत्तदा जिथे किसी की अख दे विच अख जदों पैंदी उस मालक दे नाम दी उस बंदे दी, ਉਹਨੂੰ ਫਿਰ ਉਸ ਅੱਖ ਦੇ ਵਿੱਚ ਆਪੇ ਉਹ ਨਜ਼ਰ ਆਉਂਦਾ ਹੈ। ਬਾਬਾ ਸੁੱਚਾ ਸਿੰਘ ਜੀ ਮੇਰੇ ਨਾਲ ਨੇ, ਤੇ ਇਹ ਜਿਹੜੀ ਦਰਗਾਹ ਹੈ ਬੜੀ ਬ੍ਰਾਹਮਣਾ ਚ ਉਹਦੇ ਸੇਵਾਦਾਰ ਨੇ, ਉਹਦੀ ਸੇਵਾ ਕਰਦੇ ਨੇ, ਲੇਕਿਨ ਇਹ ਬਹੁਤ ਪਿਆਰੀਆਂ ਅਗਰ ਕਹੀਏ ਤੇ ਕਵਾਲੀਆਂ ਗਾਉਂਦੇ ਨੇ, ਤੇ ਪਹਿਲੇ ਸ਼ੁਰੂਆਤ ਕਵਾਲੀਆਂ ਕੋਲੋਂ ਫਿਰ ਪੁੱਛਾਂਗੇ ਕਦੋਂ ਦੇ ਜੋ ਇਹ ਸੇਵਾਦਾਰ ਬਣੇ ਹੈ, ਕਦੋਂ ਦੇ ਇਹਨਾਂ ਨੇ ਚੋਲਾ ਪਾਇਆ? ਅਜੀ ਨੌਕਰ ਜੀ ਤੂਲ ਸਭ ਸੰਗਤਾਂ ਦੇ ਚਰਨਾਂ ਦੀ, ਰੱਬ ਸੰਗਤਾਂ ਦੇ ਵਿੱਚ ਵਸਦਾ ਹੈ ਔਰ ਸੰਗਤਾਂ ਦੇ ਵਿੱਚ ਹੀ ਮਾਲਕ ਦਾ ਨਾਮ ਹੈ ਔਰ ਹਰ ਬੰਦੇ ਦੇ ਹਿਰਦੇ ਦੇ ਵਿੱਚ ਉਹ ਰੱਬ ਵਸਦਾ ਹੈ। ਇਹ ਚੀਜ਼ ਕਿ ਮਾਤਾ ਪਿਤਾ ਦੀ ਸੇਵਾ ਕਰੋ, ਬਜ਼ੁਰਗਾਂ ਦਾ ਆਦਰ ਮਾਣ ਕਰੋ, ਆਪਣੀ ਮਿਹਨਤ ਆਪਣੇ ਉਸ ਰੱਬ ਦੇ ਉੱਤੇ ਭਰੋਸਾ ਰੱਖੋ, ਲਗਨ ਤੇ ਚੱਲੋ ਔਰ ਮਾਲਕ ਹਰ ਕਿਸੇ ਦੀ ਹਰ ਇੱਛਾ ਪੂਰੀ ਕਰਦਾ ਹੈ, ਉਹਦੇ ਨਾਲ ਰੱਬ ਚੱਲਦਾ ਹੈ, ਬਾਕੀ ਕਰਨ ਵਾਲਾ ਕਰਾਉਣ ਵਾਲਾ ਉਹ ਮਾਲਕ ਹੈ। ਅਤੇ ਬੰਦੇ ਦੇ ਅੰਦਰ ਇਨਸਾਨੀਅਤ ਰਹਿਣੀ ਚਾਹੀਦੀ, ਇਨਸਾਨੀਅਤ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕਿਸੇ ਨੇ ਗਰੀਬ ਗਊ ਦੀ ਮਦਦ ਕਰਦੇ ਰਹੋ, ਕੋਈ ਨਾ ਕਿਤੇ ਕੋਈ ਆਪਣੀ ਸੇਵਾ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੁਰੂਆਂ ਪੀਰਾਂ ਦੇ ਦੇਵਤਿਆਂ ਦੇ ਜਿੱਥੇ ਵੀ ਆਪਣਾ ਜਿਹਨੂੰ ਮੰਨਦੇ ਹੋ ਉਹਦੇ ਉੱਤੇ ਭਰੋਸਾ ਰੱਖ ਕੇ ਚੱਲੋ ਔਰ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ। ਔਰ ਤੁਸੀਂ ਲਾਡੀ ਸ਼ਾਦੀ ਦੀ ਸੇਵਾ ਕਰਦੇ ਹੋ? ਅਸੀਂ ਜੀ ਵੇਖੋ ਜੀ ਸੇਵਾ ਅਸੀਂ ਤਾਂ ਤੂਲ ਹਾਂ ਜੀ, ਸੇਵਾ ਕਰਨ ਵਾਲੇ ਤੋਂ ਬੜੇ ਬੜੇ ਮਾਲਕ ਦੇ ਉੱਥੇ ਫਕਰਾਂ ਦੇ ਭਗਤ ਬੈਠੇ ਨੇ, ਅਤੇ ਬਸ ਕਵਾਲੀਆਂ ਗਾਉਂਦੇ ਹਾਂ ਔਰ ਇੱਥੇ ਜਿੱਥੇ ਸੇਵਾਦਾਰ ਹਾਂ ਭਗਤ ਉੱਥੇ ਬਾਕੀ ਮਾਲਕ ਵੀਰਵਾਰ ਐਤਵਾਰ ਕਦੇ ਜਾਈਦਾ ਮਾਲਕ ਦੀ ਮੌਜ ਦੇ ਵਿੱਚ। ਚਲੋ ਹੁਣ ਤੁਸੀਂ ਮੈਨੂੰ ਕਵਾਲੀ ਗਾ ਕੇ ਸੁਣਾਓ, ਕਿਉਂਕਿ ਤੁਸੀਂ ਕਿਹਾ ਸੀ ਕਿ ਮੈਂ ਕਵਾਲੀਆਂ ਹੀ ਗਾ ਕੇ। ਜੇ ਯਾਰ ਹੋਵੇ ਲਜਪਾਲ ਹੋਵੇ ਉਥੇ ਯਾਰੀ ਲਾਵਨ ਹੀ ਚਸ ਹੈ, ਉਥੇ ਯਾਰੀ ਲਾਵਨ ਹੀ ਚਸ ਹੈ, ਉਹ ਕਾਫਿਰ ਹੈ ਜਿਹੜਾ ਲਾ ਕੇ ਯਾਰੀ ਪਿੱਛੋਂ ਆਖੇ ਸਾਡੀ ਬਸ ਹੈ। ਜੇ ਸਿਰ ਦਿੱਤਿਆਂ ਮੈਨੂੰ ਯਾਰ ਮਿਲੇ ਉੱਥੇ ਸਿਰ ਦੇਵਨ ਕੀ ਕਸ ਹੈ, ਸਿਰ ਦਮੀ ਤੇ ਵਫਾ ਨਾ ਮੰਗੀ, ਸਿਰ ਦਮੀ ਤੇ ਵਫਾ ਨਾ ਮੰਗੀ, ਇਹੋ ਯਾਰ ਫਰੀਦ ਦਾ ਦੱਸ ਹੈ, ਇਹੋ ਯਾਰ ਫਰੀਦ ਦਾ ਦੱਸ ਹੈ। ਮੈਂ ਗੋਲੀ ਜੂਲੇ ਲਾਲ ਦੀ ਦਾ ਮਾਲਾ ਪਾਈ ਜਾਵਾਂ, ਮੈਂ ਗੋਲੀ ਜੂਲੇ ਲਾਲ ਦੀ ਦਾ ਮਾਲਾ ਪਾਈ ਜਾਵਾਂ, ਲੋਕੀ ਤੇ ਪੜਨ ਨਮਾਜ਼ਾਂ, ਲੋਕੀ ਤੇ ਪੜਨ ਨਮਾਜ਼ਾਂ, ਮੈਂ ਨੱਚ ਕੇ ਯਾਰ ਮਨਾਵਾਂ, ਮੈਂ ਗੋਲੀ ਜੂਲੇ ਲਾਲ ਦੀ ਦਮਾਲਾ ਪਾਈ ਜਾਵਾਂ, ਮੈਂ ਗੋਲੀ ਜੂਲੇ ਲਾਲ ਦੀ ਦਮਾਲਾ ਪਾਈ ਜਾਵਾਂ, ਉਹਦੀ ਹਰ ਮੁਸ਼ਕਿਲ ਹੱਲ ਹੋ ਜਾਵੇ, ਜਿਹੜਾ ਲਾਲਨ ਪੀਰ ਨੂੰ ਯਾਦ ਕਰੇ ਉਹਨੂੰ ਰੱਬ ਬਰਬਾਦ ਵੀ ਨਹੀਂ ਕਰਦਾ, ਜਿਹਨੂੰ ਲਾਲ ਸਖੀ ਆਵਾਦ ਕਰੇ, ਮੈਂ ਗੋਲੀ ਜੂਲੇ ਲਾਲ ਦੀ ਦਮਾਲਾ। ਹੁਣ ਮੈਨੂੰ ਇਹ ਸੁਣਾਓ ਇਹ ਐਨਕ ਪਾਣੀ ਦਾ ਕੀ ਰਾਜ ਹੈ ਤੁਹਾਡਾ? ਵੇਖੋ ਜੀ ਲੋਕਾਂ ਵਾਸਤੇ ਐਨਕ ਫੈਸ਼ਨ ਹੋਏਗਾ ਜਾਂ ਕੁਛ ਵੀ ਹੈ, ਲੇਕਿਨ ਅਸੀਂ ਲਾਈ ਦੀ ਹੈ ਮਾਲਕ ਸ਼ਾਇਦ
ਉਹਦੀ ਰਮਜ਼ਾ ਨੇ ਉਹੀ ਜਾਣੇ ਸ਼ਾਇਦ ਇਸ ਚਸ਼ਮੇ ਦੇ ਵਿੱਚ ਸਾਨੂੰ ਹਰ ਇੱਕ ਬੰਦਾ ਉਸ ਰੱਬ ਦੀ ਸੂਰਤ ਦੇ ਵਿੱਚ ਹੀ ਨਜ਼ਰ ਆਉਂਦਾ ਹੈ। ਹਰ ਇੱਕ ਬੰਦੇ ਦੇ ਅੰਦਰ ਰੱਬ ਨਜ਼ਰ ਆਉਂਦਾ ਹੈ ਤੇ ਫਿਰ ਸਾਨੂੰ ਉਹ ਬੰਦਾ ਰੱਬ ਬਣ ਕੇ ਨਜ਼ਰ ਆਉਂਦਾ। ਬਸ ਮੈਨਕ ਚ ਰੱਬ ਦਾ ਬੰਦਾ ਨਜ਼ਰ ਆਉਂਦਾ। ਨਹੀਂ ਜੀ ਦੇਖੋ ਜੀ ਇਹ ਚਸ਼ਮੇ ਦਾ ਕੋਈ ਇਹ ਮਤਲਬ ਨਹੀਂ ਕਿ ਇਹ ਇੱਕ ਮਾਲਕ ਦੀ ਮੋਜ ਹੈ ਕਿ ਇੱਕ ਸਾਈਂ ਜੀ ਕਹਿੰਦੇ ਸਨ ਕਿ ਇਹ ਕਾਲਾ ਚਸ਼ਮਾ ਇਸ ਜੱਗ ਤੋਂ ਇਹਨਾਂ ਨੈਣਾਂ ਨੂੰ ਲਕਾਉਣੇ ਆ ਇਸੇ ਲਈ ਕਾਲਾ ਚਸ਼ਮਾ ਲਾਉਂਦੇ ਆ। ਬਾਕੀ ਮੋਜ ਹੈ ਕਿ ਇਹ ਫਕਰਾਂ ਦੀ ਗਹਿਰਾਈ ਦੇ ਵਿੱਚ ਤੱਕਣ ਦੀ ਤੇ ਉੱਥੇ ਇਹ ਚਸ਼ਮਾ ਲੱਤਦਾ ਜਿੱਥੇ ਕਿਸੇ ਦੀ ਅੱਖ ਦੇ ਵਿੱਚ ਅੱਖ ਜਦੋਂ ਪੈਂਦੀ ਉਸ ਮਾਲਕ ਦੇ ਨਾਮ ਦੀ ਉਸ ਬੰਦੇ ਦੀ ਤੇ ਉਹਨੂੰ ਫਿਰ ਉਸ ਅੱਖ ਦੇ ਵਿੱਚ ਆਪੇ ਉਹ ਨਜ਼ਰ ਆਉਂਦਾ। ਇਹ ਚੀਜ਼ ਹੈ ਹਰ ਜਗ੍ਹਾ ਇਹ ਚਸ਼ਮਾ ਜਿਹੜਾ ਕਿ ਇਹ ਆਪਾਂ ਇਹ ਬਿਨਾਂ ਚਸ਼ਮੇ ਤੋਂ ਚੱਲਦੇ ਤੇ ਹਰ ਜਗ੍ਹਾ ਹਰ ਬੰਦੇ ਨੂੰ ਇਸ ਨੈਣਾਂ ਦੇ। ਤੁਸੀਂ ਮੈਨੂੰ ਕਿਹਾ ਕਿ ਤੁਹਾਡੀਆਂ ਦੋ ਬੱਚੀਆਂ ਜਿਹਦੇ ਚੋਂ ਇੱਕ ਬੱਚੀ ਦਾ ਵਿਆਹ ਵੀ ਹੋ ਗਿਆ, ਲੇਕਿਨ ਲੋਕੀ ਇਹ ਕਹਿੰਦੇ ਨੇ ਜਿਹੜੇ ਫਕੀਰ ਹੁੰਦੇ ਨੇ ਉਹ ਵਿਆਹ ਨਹੀਂ ਕਰਾਉਂਦੇ। ਦੇਖੋ ਜੀ ਇੱਕ ਫਕੀਰੀ ਇਹ ਹੈ ਕਿ ਜਿਨ੍ਹਾਂ ਨੇ ਸੰਨਿਆਸ ਲੈ ਕੇ ਫਕੀਰੀ ਜੰਗਲਾਂ ਦੇ ਵਿੱਚ ਚੱਲ ਰਹੇ ਨੇ ਤੁਰ ਰਹੇ ਨੇ ਸਾਧੂ ਮਹਾਤਮਾ ਸੰਤ ਇੱਕ ਉਹ ਫਕੀਰੀ ਇੱਕ ਫਕੀਰੀ ਜਿਹੜੀ ਕ੍ਰਿਸ਼ਤੀ ਦੇ ਵਿੱਚ ਰਹਿ ਕੇ ਵੀ ਅਗਰ ਮਾਲਕ ਦਾ ਨਾਮ ਮਾਲਕ ਦੀ ਜੋਤ ਮਨ ਤਨ ਦੇ ਵਿੱਚ ਲੱਗ ਜਾਂਦੀ ਤੇ ਫਿਰ ਉਹ ਕ੍ਰਿਸ਼ਤੀ ਦੇ ਵਿੱਚ ਵੀ ਇੱਕ ਫਕੀਰੀ ਚੱਲ ਪੈਂਦੀ ਹੈ ਤੇ ਬਾਕੀ ਉਹ ਚੋਲਾ ਉਸ ਤੋਂ ਬਾਅਦ ਵੀ ਉਹਨੂੰ ਮਾਲਕ ਜਿਹੜਾ ਇਹ ਚੋਲਾ ਜਿਹੜਾ ਇਹ ਤੇ ਸੱਚ ਹੈ ਤੇ ਸੱਤ ਦਾ ਚੋਲਾ ਜਿਹੜਾ ਕਿ ਕੋਈ ਕਿਸੇ ਟਾਈਮ ਤੇ ਉਹ ਮਾਲਕ ਦੀ ਨਜ਼ਰ ਹੋ ਜਾਵੇ ਤੇ ਉਸ ਟਾਈਮ ਤੇ ਸੁਣਾਓ ਇਹ ਚੋਲਾ ਕਦੋਂ ਦਾ ਪਾਇਆ, ਕਿੰਨੇ ਸਾਲ ਦੇ ਸੀ ਤੁਸੀਂ ਇਹ ਚੋਲਾ ਪਾਇਆ? ਇਹ ਚੋਲਾ ਤੇ ਵੇਖੋ ਜੀ ਅਸੀਂ ਪਹਿਲੇ ਤੇ ਮਾਲਕ ਅਸੀਂ ਹਰ ਇੱਕ ਧਰਮ ਨੂੰ ਹਰ ਇੱਕ ਜਗ੍ਹਾ ਮੱਥਾ ਟੇਕੀਦਾ। ਬਾਕੀ ਮੰਨਣ ਵਾਲੇ ਪਰਮਾਤਮਾ ਈਸ਼ਵਰ ਅੱਲਾ ਰਾਮ ਵਾਹਿਗੁਰੂ ਉਹਦੇ ਸਾਰੇ ਨਾਮ ਉਹਨਾਂ ਦੇ ਵਿੱਚ ਹੀ ਹਰ ਰੰਗ ਉਸ ਮਾਲਕ ਦਾ ਤੇ ਉਸ ਰੰਗ ਦੇ ਵਿੱਚ ਇਹ ਚੀਜ਼ ਹੈ ਚੋਲਾ। ਅਸੀਂ ਬਚਪਨ ਤੋਂ ਤਾਂ ਚਲੋ ਉਹਨੂੰ ਜਪਦੇ ਰਹੇ, ਉਹਦੀ ਬੰਦਗੀ ਕਰਦੇ ਰਹੇ, ਉਹਦੇ ਨਾਮ 'ਤੇ ਚੱਲਦੇ ਰਹੇ। ਉਸ ਤੋਂ ਬਾਅਦ ਜਦੋਂ ਮਾਲਕ ਦਾ ਹੁਕਮ ਹੋਇਆ ਕਿਸੇ ਫਕਰਾਂ ਫਕੀਰਾਂ ਦਾ ਕਿ ਉਹਨਾਂ ਨੇ ਆਖਿਆ ਕਿ ਧਾਰ ਲੈ ਚੋਲਾ ਦੇ ਪਾ ਲਿਆ, ਬਾਕੀ ਮਾਲਕ ਦੀ ਮਰਜ਼ੀ ਹੈ, ਕਿਸੇ ਦੀ ਕੋਈ ਨਜ਼ਰ ਹੈ, ਕੋਈ ਤੱਕਣ ਵਾਲੀ, ਕੋਈ ਕਿੱਦਾਂ ਤੱਕਦਾ, ਕੋਈ ਕਿੱਦਾਂ ਨਹੀਂ, ਉਹਦੀ ਮਰਜ਼ੀ। ਮੈਂ ਤੁਹਾਡੇ ਕੋਲੋਂ ਲੋਕਾਂ ਦਾ ਇੱਕ ਸਵਾਲ ਪੁੱਛਣਾ, ਲੇਕਿਨ ਉਸ ਤੋਂ ਪਹਿਲੇ ਲਾਡੀ ਸ਼ਾਹ ਦੀ ਜੀ ਲਈ ਕੋਈ ਕਵਾਲੀ ਗਾ ਕੇ ਸੁਣਾਓਗੇ ਤੁਸੀਂ? ਜੀ ਮਾੜੀ ਜਿੰਨ ਮਾੜਾ ਮੋਟਾ ਗਾਣੇ ਆ ਜੀ, ਗਾਣ ਵਾਲੇ ਤੇ ਬੜੇ ਬੜੇ ਕਲਾਕਾਰ, ਮਾੜਾ ਮੋਟਾ ਹੀ ਗਾਣ ਵਾਲੇ ਅਸੀਂ ਕੀ ਸਾਡੀ ਕੀ ਔਕਾਤ, ਗਵਾਣ ਵਾਲਾ ਉਹ ਮਾਲਕ ਹੈ ਤੇ ਕਰਨ ਵਾਲਾ ਸਭ ਕੁਝ ਉਹ ਮਾਲਕ ਹੈ। ਓ ਐ ਦੀਵਾਨਿਆ ਮੇਰੇ ਸਾਈਂ ਨੂੰ ਮਿਲਣ ਖਾਤਰ ਰੱਬ ਫਕਰਾਂ ਦੇ ਰੂਪ ਧਾਰਦਾ ਏ। ਐ ਦੀਵਾਨਿਆ ਮੇਰੇ ਸਾਈਂ ਨੂੰ ਮਿਲਣ ਖਾਤਰ ਰੱਬ ਫਕਰਾਂ ਦੇ ਰੂਪ ਧਾਰਦਾ ਏ। ਯਾਰੋ ਐਵੇਂ ਨੀ ਸਾਈਂ ਦੀ ਗੱਜ ਪੈ ਗਈ ਯਾਰ, ਯਾਰ ਦਾ ਬਿਰਧ ਜਤਾਰਦਾ ਏ, ਜਿਹਨੂੰ ਯਾਦ ਕਰੀ ਉਹ ਵੀ ਯਾਦ ਕਰਦਾ ਸੱਚਾ ਕੋਲ ਪਰਬਤ ਦੀ ਗਾਰਦਾ ਏ। ਅੱਲਾ ਨੂੰ ਜਾਣ ਕੇ ਗੈਰ ਵਲੀ ਅੱਲਾ ਕੁਫਰ ਨਾਲ ਈਮਾਨ ਨੂੰ ਵੱਡੀਏ ਨਾ, ਸਦਕਾ ਲੈ ਕੇ ਮੇਰੇ ਸਾਈਆਂ ਦਾ ਮੰਦਾ ਬੋਲ ਜਬਾਂ ਨੂੰ ਕੱਢੀਏ ਨਾ। ਐ ਦੀਵਾਨਿਆ ਮੇਰੇ ਸਾਈਂ ਦੇ ਹੱਥਾਂ 'ਚ ਹੱਥ ਦੇ ਕੇ ਕਦੇ ਮਰ ਕੇ ਵੀ ਹੱਥ ਛੱਡੀਏ ਨਾ। ਜੇ ਮੈਂ ਤੇ ਮੇਰਾ ਸਾਈਂ ਇੱਕ ਹੋ ਜਾਈਏ ਭੇਤ ਮੁੱਕ ਜਾਵੇ ਇਹ ਅੰਤਰ ਦਾ, ਮੈਂ ਦੀਵਾਨਾ ਹਾਂ ਸਾਈਆਂ ਦਾ ਲਾਡੀ ਸ਼ਾਹ ਦੀਵਾਨਾ ਸ਼ੰਕਰ ਦਾ, ਲਾਡੀ ਸ਼ਾਹ ਦੀਵਾਨਾ ਸ਼ੰਕਰ ਦਾ। ਓ ਯਾਰ ਮੇਲਾ ਲੱਗਿਆ ਯਾਰਾਂ ਨੂੰ ਯਾਰ ਮਿਲ ਗਏ ਮੇਰੇ ਸਾਈਂ ਨੇ ਰੌਣਕ ਲਾਈ ਹੋਈ ਏ। ਹੁਣ ਇਹ ਸਵਾਲ ਦੋ, ਤੁਸੀਂ ਦੇਖਿਆ ਨਾ ਕਿ ਸਾਧੂਆਂ ਨੂੰ ਲੋਕ ਚੰਗੀ ਨਜ਼ਰਾਂ ਨਾਲ ਨਹੀਂ ਵੇਖਦੇ, ਸੋਚਦੇ ਨਾ ਇਹ ਮੰਗਣ ਆ ਗਏ ਨੇ, ਤੇ ਤੁਸੀਂ ਆਪਣਾ ਘਰ ਕਿੱਦਾਂ ਚਲਾਉਂਦੇ ਹੋ, ਮਤਲਬ ਕਿੱਦਾਂ ਗੁਜ਼ਾਰਾ ਹੁੰਦਾ ਤੁਹਾਡੇ ਘਰ ਦਾ? ਤੁਸੀਂ ਆਪੇ ਗਲਾਇਆ ਕਿ ਤੁਹਾਡੇ ਬੱਚੇ ਵੀ ਹਨ। ਦੇਖੋ ਬੇਟਾ ਅਸੀਂ ਤੇ ਕੁਆਲੀਆਂ ਭਜਨ ਗਾਉਂਦੇ ਹਾਂ, ਬਾਕੀ ਆਪਣੇ ਜਿੱਥੇ ਜਿੱਥੇ ਜਾਂਦੇ ਹਾਂ ਕੁਆਲੀ ਭਜਨ ਗਾਉਂਦੇ ਹਾਂ, ਕੋਈ ਦੇ ਉਹਦਾ ਹੀ ਭਲਾ, ਨਹੀਂ ਦੇ ਉਹਦਾ ਹੀ ਭਲਾ, ਅਸੀਂ ਕਿਸੇ ਕੋਲੋਂ ਮੰਗਦੇ ਨਹੀਂ। ਬਾਕੀ ਇਹ ਕੁਆਲੀ ਭਜਨ ਦਾ ਕੋਈ ਭੀਖ ਨਹੀਂ ਹੈ, ਇਹ ਉਸ ਮਾਲਕ ਦੇ ਨਾਮ ਦੀ ਵੇਲ ਹੈ, ਉਸ ਮਾਲਕ ਦੇ ਨਾਮ ਦੀ। ਜਿੱਦਾਂ ਕਿ ਕੁਆਲ ਜਾਂ ਕਲਾਕਾਰ ਸਟੇਡਾਂ 'ਤੇ ਗਾਉਂਦੇ ਨੇ, ਉਹਨਾਂ ਨੂੰ ਲੋਕ ਉੱਥੇ ਉਹਨਾਂ ਨੂੰ ਵੇਲਾਂ ਕਰਾਉਂਦੇ ਨੇ, ਅਤੇ ਅਸੀਂ ਇੱਥੇ ਚੱਲਦੇ ਫਿਰਦੇ, ਅਸੀਂ ਗਰੀਬ ਹਾਂ ਘਰੋਂ, ਗਰੀਬ ਘਰ 'ਚੋਂ ਹਾਂ, ਮਾੜਾ ਮੋਟਾ ਗਾਉਂਦੇ ਹਾਂ ਅਤੇ ਗਾ ਕੇ ਮਾੜਾ ਮੋਟਾ ਗੁਜ਼ਾਰਾ, ਮਾਲਕ ਆਪੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪੇ ਕੋਈ ਨਾ ਕੋਈ ਸਾਨੂੰ ਫੜਾ ਦਿੰਦਾ। ਕਦੀ ਬੱਚਿਆਂ ਨੇ ਨਹੀਂ ਕਿਹਾ ਕਿ ਪਾਪਾ ਇਹ ਕੰਮ ਚੰਗਾ ਨਹੀਂ ਗਵਾਉਣ ਦਾ, ਕਿਤੇ ਕੋਈ ਕੰਮ ਕਰ ਲਓ? ਦੇਖੋ ਬੇਟਾ ਅਸੀਂ ਉਹ ਆਪਣਾ ਕੰਮ ਕਰਦੇ ਨੇ ਬੱਚੇ, ਆਪਣਾ ਕੁਛ ਕੰਮ ਮਕੈਨਿਕ ਵਗੈਰਾ ਨੇ, ਅਸੀਂ ਇਹ ਕੁਆਲੀਆਂ ਗਾਉਂਦੇ ਹਾਂ। ਬਾਕੀ ਅਸੀਂ ਉਹਨਾਂ ਨੇ ਤੇ ਆਖਦੇ ਨੇ ਕਿ ਬਾਬਾ ਜੀ ਹਾਂਜੀ ਕੋਈ ਤੁਸੀਂ, ਮਗਰ ਆਪਣੀ ਇਹ ਮੋਜ ਹੈ ਬੇਟਾ ਇਹ ਰੰਗ ਨੇ। ਜੇ ਤਾਂ ਅਸੀਂ ਆਖੀਏ ਕਿ ਅਸੀਂ ਇਹ ਚੋਲਾ ਪਾ ਕੇ ਲੋਕਾਂ ਨੂੰ, ਅਸੀਂ ਕੋਈ ਵਹਿਮ ਨਹੀਂ ਪਾਉਂਦੇ, ਲੋਕਾਂ ਨੂੰ ਕੋਈ ਗੱਲਾਂ ਨਹੀਂ ਦੱਸਦੇ, ਲੋਕਾਂ ਦੀ ਅਸੀਂ ਕੋਈ ਭਵਿੱਖ ਨਹੀਂ ਦੱਸਦੇ, ਅਸੀਂ ਤਾਂ ਸਿਰਫ ਇਹ ਕੁਆਲੀਆਂ ਭਜਨ ਗਾਉਂਦੇ ਹਾਂ, ਮਾਲਕ ਦਾ ਘਰੇ ਚਿਰਾਗ ਹੈ। ਦੇਖੋ ਬੇਟਾ ਇਹ ਚੀਜ਼ ਹੈ, ਜਿਹਦੀ ਵੀ ਕੋਈ ਨਜ਼ਰ ਹੈ ਉਹਨੇ ਦੇਖਣਾ ਆਪਣੀ ਨਜ਼ਰ ਨਾਲ, ਆਪਣੇ ਮਨ ਨਾਲ। ਜਿਹਦੀ ਅਗਰ ਕਹਿੰਦਾ ਕੋਈ ਇਹ
कोई कहंदा इहदी लगी है ते लगी रहण दो, जे कहंदा कि इहदी ठगी है ते ठगी रहण दो, जे ते किसे दे अंदर उहदी अगो लगी दी ते उह देखेगा ते उहनूं दिस जाएगा, नहीं उहदी अगली मौज है उहदे अंदर अगर नहीं उहनूं तकिया नहीं दिसिया उह कहंदा कि अगर इह ठगी है माड़ा है ते उहनूं। ਕਦੀ ਬੱਚਿਆਂ ਦੇ ਵਿਆਹ ਚ ਪ੍ਰੋਬਲਮ ਨਹੀਂ ਆਈ? ਉਹਨਾਂ ਨੇ ਨਹੀਂ ਕਿਹਾ ਕਿ ਪਾਪਾ ਤੁਹਾਡੇ ਮਤਲਬ ਇਹ ਗਾਣ ਨਾਲ ਜਾਂ ਤੁਸੀਂ ਫਕੀਰ ਹੋ ਇਹਦੇ ਨਾਲ ਸਾਡੀ ਕੋਈ ਪ੍ਰੋਬਲਮ ਆ ਰਹੀ ਹੈ, ਕਦੀ ਐਸਾ ਕੁਝ ਹੋਇਆ? ਬੇਟਾ ਦੇਖੋ ਇੱਕ ਚੀਜ਼ ਹੈ ਉਹਨਾਂ ਦੀ ਲਾਈਫ, ਉਹਨਾਂ ਦੀ ਜ਼ਿੰਦਗੀ ਦਾ ਉਹਨਾਂ ਦੇ ਨਾਲ ਹੈ, ਉਹ ਆਪਣਾ ਕਾਰੋਬਾਰ ਕਰਦੇ ਨੇ ਆਪਣਾ, ਜਿੱਦਾਂ ਕਿ ਜ਼ਿੰਦਗੀ ਆਮ ਦੁਨੀਆ ਜਿੰਦੀ ਉਹ ਜਿੰਦੇ ਨੇ। ਅਸੀਂ ਬੇਟਾ ਆਪਣੇ ਚੋਲੇ 'ਚ ਜਿੱਥੇ ਦਿਲ ਕੀਤਾ ਯਾਤਰਾ ਤੁਰ ਜਾਂਦੇ ਹਾਂ, ਜਿੱਥੇ ਬ੍ਰਾਹਮਣਾ ਤੋਂ ਪੈਦਲ ਹੀ ਟੁਰੇ ਆਉਂਦੇ ਹੋ? ਨਹੀਂ ਜੀ, ਅਸੀਂ ਕਿਸੇ ਵੇਲੇ ਤੋਂ ਪੈਦਲ ਆ ਜਾਈਦਾ, ਕਿਸੇ ਵੇਲੇ ਗੱਡੀ ਮੋਟਰ 'ਤੇ ਵੀ ਆ ਜਾਈਦਾ, ਕਿਸੇ ਵੇਲੇ ਪੈਦਲ ਹੀ ਚੱਲ ਜਾਈਦਾ। ਕਹਿਣਾ ਚਾਹੋਗੇ ਅੱਜ ਕੱਲ ਹਿੰਦੂ ਮੁਸਲਮਾਨ ਸਿੱਖ ਇਸਾਈ ਬੜਾ ਜ਼ਿਆਦਾ ਹੋ ਰਿਹਾ ਦੁਨੀਆ 'ਚ, ਕਹਿਣਾ ਚਾਹੋਗੇ ਕੁਝ ਲੋਕਾਂ ਨੂੰ ਆਖਰੀ ਵਾਰੀ? ਦੇਖੋ ਜੀ, ਇਹ ਜੋ ਧਰਮ ਦੇ ਨਾਮ ਤੇ ਲੜਨ ਵਾਲਾ ਬੋਲਣ ਵਾਲਾ ਉਹ ਗਲਤ ਹੈ, ਕਿਉਂਕਿ ਈਸ਼ਵਰ ਅੱਲਾ ਰਾਮ ਉਹਦੇ ਸਾਰੇ ਨਾਮ ਨੇ ਤੇ ਉਹਦੇ ਸਾਰੇ ਰੱਬ ਦੇ ਸਾਰੇ ਬੰਦੇ ਨੇ। ਜਿਹਦਾ ਵੀ ਜਿਹਦਾ ਕੋਈ ਰੱਬ ਹੈ ਇਹ ਨਾ ਆਖੋ ਕਿ ਮੈਂ ਜਿਹਨੂੰ ਮੰਨਦਾ ਕਿ ਉਹ ਮੇਰੇ ਵਾਸਤੇ ਉਹ ਸਭ ਤੋਂ ਵੱਡਾ ਤੇ ਬਾਕੀ ਕਿਸੇ ਦਾ ਰੱਬ ਹੈ ਉਹਦਾ ਧਰਮ ਮੇਰੇ ਤੋਂ ਛੋਟਾ, ਇਹ ਨਹੀਂ ਕਹਿਣਾ। ਸਭ ਦੇ ਅੰਦਰ ਉਹ ਪਰਮਾਤਮਾ ਇੱਕੋ ਤਾਕਤ ਹੈ ਸੱਚ ਦੀ, ਗੀਤਾ ਬਾਈਬਲ ਕੁਰਾਨ ਗ੍ਰੰਥ ਉਹਦੇ ਵਿੱਚ ਇੱਕੋ ਚੀਜ਼ ਦੱਸੀ ਕਿ ਸੱਚ ਤੇ ਚੱਲੋ, ਅਛਾਈ ਤੇ ਚੱਲੋ, ਬੁਰਾਈ ਨਾ ਕਰੋ, ਮਾੜਾ ਨਾ ਕਰੋ, ਵੱਡਿਆਂ ਦਾ ਬਜ਼ੁਰਗਾਂ ਦਾ ਆਦਰ ਮਾਣ ਕਰੋ। ਇਹ ਜ਼ਮਾਨਾ ਤੇ ਭੈੜਾ ਇਸ ਗੱਲੋਂ ਹੋ ਗਿਆ ਕਿ ਅੱਜ ਦੇ ਸਮੇਂ ਦੇ ਉੱਤੇ ਮਾਂ ਪਿਓ ਨੂੰ ਲੋਕ ਪਹਿਲੇ ਧੋਖਾ ਦੇ ਰਹੇ ਨੇ। ਮਾਂ ਪਿਓ ਪਹਿਲਾ ਰੱਬ ਹੈ, ਮਾਂ ਪਿਓ ਨੂੰ ਮੰਨ ਕੇ ਉਹਨਾਂ ਦੀ ਸੇਵਾ ਤੇ ਚੱਲੋ ਤੇ ਫਿਰ ਉਹ ਰੱਬ ਤੇ ਅਕਰ ਬੰਦਾ ਪਹੁੰਚਦਾ, ਫਿਰ ਉਸ ਰੱਬ ਨੂੰ ਉਹਦੇ ਰਾਹ ਦੇ ਉੱਤੇ ਉਹਦਾ ਬੰਦਾ ਬਣਨ ਦੀ ਕਾਬਲ ਬੰਦਾ ਬਣਦਾ। ਅਗਰ ਤੇ ਮਾਂ ਪਿਓ ਨੂੰ ਧੋਖਾ ਦੇ ਰਿਹਾ, ਅਗਰ ਆਪਣਾ ਆਪਣੇ ਕੋਲੋਂ ਧੋਖਾ ਕਰ ਰਿਹਾ ਤੇ ਫਿਰ ਉਹ ਰੱਬ ਦਾ ਕਦੀ ਬਣ ਹੀ ਨਹੀਂ ਸਕਦਾ। ਅਗਰ ਤੇ ਸੱਚ ਤੇ ਚੱਲਣਾ ਤੇ ਫਿਰ ਹਰ ਕਿਸੇ ਦੀ ਸੀਸ ਲਓ, ਦੁਆ ਲਓ, ਕਿਸੇ ਦੀ ਬਦਦੁਆ ਨਾ ਲਓ, ਔਰ ਧਰਮ ਦੇ ਨਾਂ ਦੇ ਇੱਕ ਦੂਜੇ ਨਾਲ ਲੜੋ ਨਾ, ਲੜਾਓ ਨਾ, ਮਰੋ ਨਾ, ਮਰਾਓ ਨਾ। ਇਹ ਨੁਕਸਾਨ ਹੀ ਸਾਰਿਆਂ ਦੇ ਹੁੰਦੇ ਨੇ, ਇਹ ਨਹੀਂ ਕਿ ਉਹ ਲੜੇਗਾ, ਜੋ ਲੜੇਗਾ ਉਹਦਾ ਫਾਇਦਾ ਹੋ ਜਾਏਗਾ ਤੇ ਉਹਦਾ ਨੁਕਸਾਨ ਹੋ ਜਾਏਗਾ। ਨੁਕਸਾਨ ਸਾਰਿਆਂ ਦੇ ਹੋਣਗੇ, ਸਭ ਦੀ ਮਾਵਾਂ, ਭੈਣ ਭਰਾ, ਪਰਿਵਾਰ ਦੁਖੀ ਹੁੰਦੇ ਨੇ। ਇਹ ਲੜਾਈ ਝਗੜੇ ਇਹਨਾਂ ਦੇ ਵਿੱਚ ਕੁਛ ਨਹੀਂ ਪਿਆ, ਮਾਲਕ ਦਾ ਨਾਮ ਲੈ ਕੇ ਚੱਲੋ, ਮਿਹਨਤ ਮਜ਼ਦੂਰੀ ਆਪਣਾ ਜੋ ਵੀ ਮਾਲਕ ਨੇ ਦਿੱਤੇ ਦਾ, ਔਰ ਤੇ ਸੱਚ ਤੇ ਚੱਲੋ ਬਸ। ਇਹ ਤੇ ਹਮਾਰੇ ਸਾਥ ਫਕੀਰ ਸੁੱਚਾ ਸਿੰਘ ਜੀ, ਜਿਨ੍ਹਾਂ ਨੇ ਆਪਣੀ ਘਰ ਕੇ ਘਰ ਚਰਨੋਂ ਕੀ ਧੂਲ ਹੈ, ਬਸ ਹਮ ਚਰਨੋਂ ਕੀ ਸੰਤ ਗੁਰੂ ਹੈ ਫਕੀਰ, ਉਹ ਮੇਰੇ ਉਹ ਦਾਤਾ, ਮੇਰੇ ਪੀਰ ਫਕੀਰ, ਉਹ ਗੁਰੂ ਮਹਾਰਾਜ, ਉਹ ਦੇਵੀ ਦੇ ਉਹ ਹੈ। ਬੰਦਾ ਤੋਂ ਇੱਕ ਇਨਸਾਨ ਬਣ ਜਾਏ ਤੋ ਵਹੀ ਬਹੁਤ ਹੋਤਾ ਹੈ। ਹਰ ਧੜਕਤੇ ਹੋਏ ਪੱਥਰ ਕੋ ਲੋਕ ਦਿਲ ਸਮਝ ਲੇਤੇ ਹੈ, ਹਰ ਧੜਕਤੇ ਹੋਏ ਪੱਥਰ ਕੋ ਲੋਕ ਦਿਲ ਸਮਝ ਲੇਤੇ ਹੈ, ਏਕ ਉਮਰ ਬੀਤ ਜਾਤੀ ਹੈ ਦਿਲ ਕੋ ਦਿਲ ਬਣਾਨੇ ਮੇਂ। ਜਬ ਇਨਸਾਨ ਬਣਾ ਰਹੇ ਤੋ ਵਹੀ ਬਹੁਤ ਹੈ, ਭਗਵਾਨ ਤੋਂ ਬਹੁਤ ਦੂਰ ਕੀ ਬਾਤ ਹੈ। ਫਕੀਰ ਸੁੱਚਾ ਸਿੰਘ ਬਾਰੇ ਤੁਸੀਂ ਕੀ ਲਿਖਣਾ ਚਾਹੋਗੇ? ਕਮੈਂਟ ਬਾਕਸ ਖੁੱਲਾ ਪਿਆ ਤੇ ਤੁਸੀਂ ਲਿਖ ਸਕਦੇ ਹੋ ਜੋ ਵੀ ਤੁਸੀਂ ਲਿਖਣਾ ਚਾਹੋਗੇ ਤੇ ਤੁਹਾਡੀ ਕੀ ਰਾਏ ਉਹਨੂੰ ਵੀ ਸਾਂਝਾ ਕਰ ਦਿਓ। ਤੇ ਇਹ ਕਿਸੇ ਕੋਲੋਂ ਮੰਗਦੇ ਨਹੀਂ ਹੈ, ਕੋਈ ਇਹਨਾਂ ਨੂੰ ਆਪਣੀ ਖੁਸ਼ੀ ਨਾਲ ਕੁਛ ਵੀ ਦੇ ਦੇ ਤੇ ਇਹ ਖੁਸ਼ੀ ਖੁਸ਼ੀ ਨਾਲ ਲੈ ਲੈਂਦੇ ਹੋ, ਤੁਸੀਂ ਕੀ ਕਹਿਣਾ ਚਾਹੋਗੇ ਉਹ ਤੁਸੀਂ ਕਮੈਂਟ ਬਾਕਸ 'ਚ ਕਹਿਣਾ। ਤੇ ਇੱਦਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੀਏ ਜੰਬੂ ਲਟਨ ਨਾਲ ਤੇ